ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਚੋਰਾਂ ਦਾ ਵੀ ਕੋਈ ਧਰਮ ਇਮਾਨ ਹੁੰਦਾ ਹੈ ਪਰ ਹੁਣ ਸਮਾਂ ਇਹੋ ਜਿਹਾ ਆ ਗਿਆ ਹੈ ਕਿ ਰੱਬ ਦਾ ਘਰ ਵੀ ਚੋਰਾਂ ਤੋਂ ਮਹਿਫੂਜ਼ ਨਹੀਂ ਹੈ ਖਬਰ ਬਠਿੰਡਾ ਤੋਂ ਹੈ ਜਿੱਥੇ ਵੈਸ਼ਨੋ ਦੇਵੀ ਮੰਦਿਰ ਦੇ ਵਿੱਚ ਬੀਤੀ ਰਾਤ ਚੋਰੀ ਦੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ ਇੱਥੋਂ ਤੱਕ ਕਿ ਚੋਰਾਂ ਨੇ ਭਗਵਾਨ ਦੇ ਵੱਖ-ਵੱਖ ਮੰਦਿਰਾਂ ਦੇ ਵਿੱਚੋਂ ਛਤਰ ਤੇ ਹੋਰ ਸਮਾਨ ਵੀ ਚੋਰੀ ਕਰ ਲਿਆ ਤੇ ਮੰਦਿਰ ਦੀਆਂ ਇਹ ਤਸਵੀਰਾਂ ਨੇ ਇਹ ਮੰਦਿਰ ਜਿਹੜਾ ਜਦੋਂ ਰਾਤ ਸਮੇਂ ਬੰਦ ਸੀ ਉਸ ਵੇਲੇ ਚੋਰਾਂ ਨੇ ਪਿਛਲੇ ਪਾਸਿਓਂ ਜਿਹੜੀ ਐਂਟਰੀ ਕੀਤੀ ਅਸੀਂ ਥੋੜਾ ਵਿਖਾਉਣਾ ਚਾਹਾਂਗੇ ਕਿ ਇਸ ਮੰਦਿਰ ਦੇ ਅੰਦਰ ਜਿਹੜੇ ਨੇ ਉਹ ਪੰਜ ਮੰਦਿਰ ਬਣੇ ਹੋਏ ਨੇ ਜਿਨ੍ਹਾਂ ਦੀਆਂ ਜਿਹੜੇ ਇਸ ਵੇਲੇ ਵੀ ਦੁਪਹਿਰ ਦੇ ਸਮੇਂ ਅਕਸਰ ਬੰਦ ਹੁੰਦੇ ਨੇ ਤੇ ਇਹ ਮੰਦਿਰ ਜਿਹੜੇ ਪੰਜੇ ਮੰਦਿਰ ਸੀ ਵੱਖ-ਵੱਖ ਭਗਵਾਨ ਦੇ ਸਰੂਪਾਂ ਦੇ ਮੰਦਿਰ ਨੇ ਜਿਨ੍ਹਾਂ ਦੇ ਉੱਪਰ ਛਤਰ ਜਿਹੜੇ ਸੀ ਚਾਂਦੀ ਦੇ ਛਤਰ ਲੱਗੇ ਹੋਏ ਨੇ ਜਿਸ ਤਰ੍ਹਾਂ ਪੁਜਾਰੀ ਵੱਲੋਂ ਤੇ ਪ੍ਰਬੰਧਕਾਂ ਵੱਲੋਂ ਦੱਸਿਆ ਜਾ ਰਿਹਾ ਔਰ ਉਹ ਸਾਰੇ ਚਾਂਦੀ ਦੇ ਛਤਰ ਜਿਹੜੇ ਨੇ ਉਹ ਬੀਤੀ ਰਾਤ ਜਿਹੜੇ ਉਹ ਚੋਰੀ ਕਰ ਲਏ ਗਏ ਸ਼ਾਨਦਾਰ ਮੰਦਿਰ ਹੈ ਮਾਡਲ ਟਾਊਨ ਦੇ ਵਿੱਚ ਪਟੇਲ ਨਗਰ ਦੇ ਵਿੱਚ ਇਧਰੋਂ ਐਂਟਰੀ ਕੀਤੀ ਹੈ ਚੋਰਾਂ ਨੇ ਪਿਛਲੇ ਪਾਸਿਓਂ ਮੰਦਿਰ ਦੀ ਬੈਕ ਸਾਈਡ ਤੋਂ ਜਿਹੜੀ ਗ੍ਰਿਲ ਨੂੰ ਕੱਟ ਕੇ ਐਂਟਰੀ ਹੋਈ ਹੈ ਚੋਰ ਇਧਰੋਂ ਅੰਦਰ ਆਏ ਤੇ ਫਿਰ ਇਹ ਜਿਹੜਾ ਗੱਲਾ ਗੋਲਕ ਜਿਹੜੀ ਹੈ ਇਹ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਜਾਰੀ ਤੇ ਪ੍ਰਬੰਧਕਾਂ ਨੇ ਦੱਸਣ ਅਨੁਸਾਰ ਇਸ ਗੋਲਕ ਦੇ ਵਿੱਚ ਕੁਝ ਨਹੀਂ ਸੀ ਕੱਲ 1 ਤਰੀਕ ਦੇ ਚਲਦਿਆਂ 15 ਦਿਨਾਂ ਬਾਅਦ ਗੋਲਕਾਂ ਜਿਹੜੀਆਂ ਖੋਲੀਆਂ ਜਾਂਦੀਆਂ ਨੇ ਜਿਹੜਾ ਪੈਸਾ ਸੀ ਉਹ ਕੱਢ ਲਿਆ ਗਿਆ ਸੀ ਪਰ ਜਿਹੜੀ ਛਤਰ ਸੀ ਚਾਂਦੀ ਦੇ ਛਤਰ ਇਹਨਾਂ ਪੰਜਾਂ ਮੰਦਿਰਾਂ ਦੇ ਉੱਪਰ ਲੱਗੇ ਹੋਏ ਸੀ ਉਹ ਜਿਹੜੇ ਨੇ ਉਹ ਚੋਰਾਂ ਨੇ ਚੋਰੀ ਕਰ ਲਏ ਹਾਲਾਂਕਿ ਅਸੀਂ ਤੁਹਾਨੂੰ ਅੰਦਰੋਂ ਜਿਹੜੀਆਂ ਤਸਵੀਰਾਂ ਜ਼ਰੂਰ ਵਿਖਾਉਣੀਆਂ ਚਾਹੁੰਦੇ ਸੀ ਪਰ ਮਰਜ਼ਾਦਾ ਦਾ ਵਾਸਤਾ ਦੇ ਕੇ ਪੁਜਾਰੀ ਵੱਲੋਂ ਉਹ ਮੰਦਿਰ ਨਹੀਂ ਖੋਲ੍ਹੇ ਗਏ ਫਿਰ ਵੀ ਦੱਸ ਦਈਏ ਕਿ ਇਹਨਾਂ ਮੰਦਿਰਾਂ ਦੇ ਵਿੱਚੋਂ ਛਤਰ ਜਿਹੜੇ ਉਹ ਚੋਰੀ ਕੀਤੇ ਗਏ ਨੇ ਔਰ ਇਹਨਾਂ ਦੀ ਕੀਮਤ ਜਿਹੜੀ ਹੈ ਉਹ ਕਰੀਬ 5.5 ਲੱਖ ਰੁਪਏ ਦੱਸੀ ਜਾ ਰਹੀ ਹੈ ਮੰਦਿਰ ਦੇ ਪੁਜਾਰੀ ਜਿਹੜੇ ਨੇ ਉਹ ਸਾਡੇ ਨਾਲ ਨੇ ਇਸ ਵੇਲੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪੰਡਿਤ ਵਿਜੇ ਗੋਲ ਹੈ ਜੀ ਵਿਜੇ ਗੋਲ ਜੀ ਕੀ ਕਹਿਣਾ ਚਾਹੋ ਕੀ ਹੋਇਆ ਹੈ ਕਿੰਨੇ ਵਜੇ ਹੋਇਆ ਹੈ ਇਹ ਕਰੀਬ 1:30 ਵਜੇ ਕੀ ਬਾਤ ਹੈ ਜੀ 1:30 ਵਜੇ ਦੋ ਚੋਰ ਆਏ ਹੈ ਪਿੱਛੇ ਸੀ ਖਿੜਕੀ ਕਾਟ ਕਰਕੇ ਆ ਕਰਕੇ ਉਹਨਾਂ ਨੇ ਆਪਣੇ ਜੋ ਪੰਚੋ ਭਵਨ ਬਣੇ ਉਨਕੇ ਲੋਕੋਂ ਕੋ ਤੋੜਾ ਹੈ ਔਰ ਉੱਪਰ ਚਾਂਦੀ ਕੇ ਛਤਰ ਲਗੇ ਹੋਏ ਥੇ ਵੋ ਚਾਂਦੀ ਕੇ ਛਤਰ ਲੈ ਗਏ ਹੈ ਔਰ ਸ਼ਿਵਲਿੰਗ ਕੇ ਉੱਪਰ ਚਾਂਦੀ ਚੜਾਇਆ ਹੁਆ ਥਾ ਹਮਨੇ ਜਲੈਰੀ ਚੜਾਈ ਹੋਈ ਥੀ ਵੋ ਵੀ ਲੈ ਕੇ ਗਏ ਹੈ ਮੰਦਿਰ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਕੋਈ ਚੌਂਕੀਦਾਰ ਵਗੈਰਾ ਰਾਤ ਨੂੰ ਇੱਥੇ ਕੌਣ ਯਹਾਂ ਚੌਂਕੀਦਾਰ ਵੀ ਹੋਤੇ ਹੈ ਪੰਡਿਤ ਜੀ ਵੀ ਹੋਤੇ ਹੈ ਉਹ ਆਗੇ ਬਾਹਰ ਕੀ ਤਰਫ ਥੇ ਲੇਕਿਨ ਇਹ ਪਿੱਛੇ ਸੇ ਆਏ ਹੈ ਔਰ ਪਿੱਛੇ ਸੇ ਹੀ ਚੋਰੀ ਕੀ ਹੈ ਜਿੱਦਾਂ ਗ੍ਰਿਲ ਕੱਟੀ ਗਈ ਹੈ ਉਸ ਦਾ ਖੜਕਾ ਹੋਇਆ ਹੋਊਗਾ ਕੋਈ ਖੋਲ ਕੇ ਨਹੀਂ ਉਹ ਫਿਰ ਉਹ ਪਤਾ ਨਹੀਂ ਚੱਲਿਆ ਹੋਊਗਾ ਉਨਕੋ ਰਾਤ ਕੋ ਨੀਂਦ ਆਈ ਹੋਗੀ ਆਪ ਕਹਾਂ ਹੋਤੇ ਹੋ ਮੈਂ ਤਾਂ ਆਪਣੇ ਘਰ ਪਰ ਹੋਤਾ ਹੂੰ ਯਹਾਂ ਨਹੀਂ ਹੋਤਾ ਯਹਾਂ ਕਿਤਨੇ ਵਜੇ ਤੱਕ ਯਹਾਂ ਕਰੀਬ 9 ਵਜੇ ਤੱਕ ਹੋਤਾ ਹੂੰ ਮੈਂ ਪੁਲਿਸ ਕੋ ਕੰਪਲੇਂਟ ਕੀ ਹੈ ਕਿਆ ਕਹਤੀ ਹੈ ਪੁਲਿਸ ਹਾਂ ਪੁਲਿਸ ਆਈ ਹੈ ਕੰਪਲੇਂਟ ਕੀ ਥੀ ਤੋ ਥੋੜੀ ਦੇਰ ਬਾਅਦ ਹੀ ਪੁਲਿਸ ਆ ਗਈ ਅੱਛੀ ਤਰ੍ਹਾਂ ਸੇ ਉਹਨਾਂ ਨੇ ਦੇਖ ਰੇਖ ਕਰਕੇ ਔਰ ਉਹ ਫੁਟੇਜ ਚੈੱਕ ਵੀ ਕੀਏ ਹੈ ਔਰ ਉਹਨਾਂ ਨੇ ਆਸਵਾਸਨ ਦਿਆ ਹੈ ਕਿ ਹਮ ਜਲਦੀ ਸੇ ਚੋਰੋਂ ਕੋ ਪਕੜ ਲੇਂਗੇ ਔਰ ਇਸ ਘਟਨਾ ਸੇ ਹਮ ਸਭ ਭਕਤ ਲੋਗ ਮੰਦਿਰ ਟਰਸਟ ਮੁਹੱਲਾ ਵਾਸੀ ਕਾਫੀ ਦੁਖੀ ਹੈ ਔਰ ਹਮ ਪ੍ਰਸ਼ਾਸਨ ਸੇ ਇਹੀ ਕਾਮਨਾ ਕਰਤੇ ਹੈ ਕਿ ਉਹ ਜਲਦੀ ਸੇ ਚੋਰ ਪਕੜੇ ਜਾਏ ਤਾਂ ਕਿ ਆਇੰਦਾ ਕੇ ਲਈ ਐਸੀ ਘਟਨਾ ਨਾ ਘਟੇ ਜੀ ਜਿਹੜੇ ਬੰਦਿਆਂ ਦੀ ਸੀਸੀਟੀਵੀ ਫੁਟੇਜ ਆਈ ਹੈ ਉਹਨਾਂ 'ਚੋਂ ਤੁਸੀਂ ਪਹਿਚਾਣਦੇ ਹੋਵੋਗੇ ਨਾ ਕੋਈ ਇਕਦਮ ਤਾਂ ਆਇਆ ਨਹੀਂ ਹੋਊਗਾ ਪਹਿਲਾਂ ਵੀ ਉਹਨਾਂ ਦੀ ਕੋਈ ਇਸ ਤਰ੍ਹਾਂ ਦਾ ਆਉਣਾ ਜਾਣਾ ਤਾਂ ਹੋਊਗਾ ਐਸੇ ਹੁਲੀਏ ਸੇ ਪਤਾ ਨਹੀਂ ਚੱਲ ਰਿਹਾ ਹੈ ਵੀ ਕਿਉਂਕਿ ਪੂਰੀ ਜੋ ਹੈ ਨਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ ਮੂੰਹ ਢਕਾ ਹੁਆ ਹੈ ਬਾਕੀ ਇਨਕੁਆਇਰੀ ਕਰ ਰਹੇ ਹੈ ਖੰਗੋਲ ਕਰ ਰਹੇ ਹੈ ਪਹਿਲੇ ਕੀ ਫੁਟੇਜ ਅਗਰ ਮਿਲ ਗਈ ਹੈ ਤਾਂ ਦੇਖ ਲੇਂਗੇ ਸੋ ਹੁਣ ਤੱਕ ਦੱਸ ਦਈਏ ਕਿ ਸੀਸੀਟੀਵੀ ਫੁਟੇਜ ਇਸ ਦੀ ਵਾਰਦਾਤ ਦੀ ਸਾਹਮਣੇ ਆਈ ਹੈ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਪੁਜਾਰੀ ਇਸ ਗੱਲੋਂ ਇਨਕਾਰ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਹਿਚਾਣ ਉਹਨਾਂ ਲੋਕਾਂ ਦੀ ਨਹੀਂ ਆ ਰਹੀ ਪਰ ਇਹ ਵੀ ਦੱਸ ਦਈਏ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਲੈ ਲਈ ਹੈ ਪੜਤਾਲ ਚੱਲ ਰਹੀ ਹੈ ਪਰ ਨਾਲ ਹੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੁਲਿਸ ਕੋਲ ਪਹਿਲਾਂ ਹੀ ਚੋਰੀ ਦੇ ਸੈਂਕੜੇ ਮਾਮਲੇ ਪੈਂਡਿੰਗ ਪਏ ਨੇ ਜਿਨ੍ਹਾਂ ਨੂੰ ਹੁਣ ਤੱਕ ਨਹੀਂ ਸੁਲਝਾ ਸਕੀ ਸੋ ਜ਼ਾਹਿਰ ਹੈ ਚੋਰੀ ਹੋ ਚੁੱਕੀ ਹੈ ਕਦੋਂ ਸੁਲਝਦੀ ਹੈ ਇਹ ਵੇਖਣਾ ਹੋਵੇਗਾ ਔਰ ਚੋਰੀ ਵੀ ਭਗਵਾਨ ਦੇ ਘਰ ਹੋਈ ਹੈ ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ ਡੇਲੀ ਪੋਸਟ ਪੰਜਾਬੀ ਬਠਿੰਡਾ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂ ਨੋ SDS ਨਾਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ